ਵੈਲਕਮ ਬੈਕ ਟੂ ਅਵਰ ਚੈਨਲ ਗਾਇਜ਼। ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਗਾਇਜ਼ ਕਾਫੀ ਦਿਨਾਂ ਤੋਂ ਬਾਅਦ ਮੇਰਾ ਇੱਕ ਵਲੋਗ ਆਇਆ, ਠੀਕ ਹੈ। ਅਤੇ ਇਹ ਵਲੋਗ ਵਿੱਚ ਤੁਹਾਨੂੰ ਮੈਂ ਦੱਸਣਾ ਵਾ, ਆਪਾਂ ਇੱਕ ਸ਼ੋਪ 'ਤੇ ਵਿਜ਼ਿਟ ਕੀਤਾ, ਠੀਕ ਹੈ, ਮੋਬਾਈਲਸ ਵਾਲੀ, ਜਿੱਥੇ ਸਭ ਤੋਂ ਸਸਤੇ ਆਈਫੋਨ ਅਤੇ ਐਂਡਰੋਇਡ ਦੋਨੋਂ ਮਿਲਦੇ ਆ। ਅਤੇ ਮੈਂ ਸੋਚਿਆ ਇੱਥੇ ਵਲੋਗ ਵੀ ਬਣਾ ਲਿਆ ਜਾਵੇ ਅਤੇ ਤੁਹਾਨੂੰ ਪੂਰੇ ਵਲੋਗ ਦੇ ਨਾਲ ਜੋੜਨੇ ਆ, ਠੀਕ ਹੈ। ਇਹ ਪਾਰਟ 1 ਆ, ਪਾਰਟ 2 ਵੀ ਆਏਗਾ। ਅਤੇ ਫਟਾਫਟ ਆਪਾਂ ਜਾਂਦੇ ਹਾਂ ਸ਼ੋਪ 'ਤੇ, ਬਿਨਾਂ ਤੁਹਾਡਾ ਡੱਟੇ ਆਪਣਾ ਟਾਈਮ ਵੇਸਟ ਕੀਤੇ ਆ, ਠੀਕ ਹੈ। ਅਤੇ ਉੱਥੇ ਜਾ ਕੇ ਪੂਰਾ ਦੇਖਦੇ ਹਾਂ ਕਿੰਨਾ ਸਸਤਾ ਆਈਫੋਨ ਆ, ਕਿਉਂਕਿ ਮੈਂ ਆਪਣੇ ਫਰੈਂਡ ਨਾਲ ਗਿਆ ਸੀ ਲੈਣ ਅਤੇ ਸਹੀ ਕਹਾਂ ਸਸਤਾ ਮਿਲਿਆ। ਤਾਂ ਆਪਾਂ ਸੋਚਿਆ ਤੁਹਾਨੂੰ ਵੀ ਤਾਂ ਦਵਾ ਦਈਏ ਥੋੜ੍ਹੇ ਸਸਤੇ। ਅਤੇ ਜੇ ਜਿੰਨਾ ਭਰਾਵਾਂ ਨੂੰ ਆਈਫੋਨ ਚਾਹੀਦਾ ਤੁਸੀਂ ਉਹ ਸ਼ੋਪ 'ਤੇ ਵਿਜ਼ਿਟ ਕਰਿਓ, ਅਤੇ ਬਿਨਾਂ ਤੁਹਾਡਾ ਡਰ ਤਾਂ ਆਪਣਾ ਟਾਈਮ ਵੇਸਟ ਕਿਤੇ ਪਹੁੰਚਦੇ ਸ਼ੋਪ 'ਤੇ। ਅਤੇ ਗਾਇਜ਼ ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ, ਆਪਾਂ ਉਹ ਸ਼ੋਪ 'ਤੇ ਪਹੁੰਚ ਚੁੱਕੇ ਹਾਂ ਅਤੇ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਆਈਫੋਨ ਲੱਗੇ। ਅਤੇ ਆਪਾਂ ਆਪਣੇ ਅੰਕਲ ਜੀ ਕੋਲ ਬੰਦੇ। ਅੰਕਲ ਜੀ, ਆਪਣਾ ਇੱਕ ਵਾਰੀ ਐਡਰੈਸ ਦੇ ਦਿਓ ਜੀ। ਅਸੀਂ ਆਰਪੀ ਮੋਬਾਈਲ, ਨਿਊ ਹਸਲੇ ਬ੍ਰਿਜ, ਸਿਲਮਾ ਰੋਡ, ਬਟਾਲਾ। ਅਤੇ ਅੰਕਲ ਦਾ ਤੁਹਾਨੂੰ ਮੈਂ ਨੰਬਰ ਵੀ ਮੈਨਸ਼ਨ ਕਰ ਦਾਂਗਾ, ਅਤੇ ਅੰਕਲ ਸਭ ਤੋਂ ਸਸਤੇ ਸਸਤਾ ਨੂੰ ਆਈਫੋਨ ਦਿਖਾ ਦਿਓ। ਇਸ ਵੇਲੇ 7 ਆ, ਆਈਫੋਨ 7 ਇਸ ਵੇਲੇ ਅੰਕਲ ਕੋਲ ਅਵੇਲੇਬਲ ਹੈਗਾ, 7 ਆ। ਅੰਕਲ ਕਿੰਨੀ ਸਟੋਰੇਜ ਅਤੇ ਬੈਟਰੀ ਹੈ ਇੱਥੇ? 128 GB 100 ਹੈਲਥ। 128 GB ਹੈਗੀ ਆਈਫੋਨ ਦੀ ਸਟੋਰੇਜ, ਅਤੇ ਬੈਟਰੀ ਹੈਲਥ ਵੀ ਪੂਰੀ ਨਵੀਂ ਆ। ਮਤਲਬ ਕਿ ਨਵੀਂ ਪਈ ਹੈ ਅੰਕਲ ਬੈਟਰੀ? ਬੈਟਰੀ ਇੰਨਾ ਪੂਰੀ ਨਵੀਂ ਪਈ ਹੈ। ਅਤੇ ਕਿੰਨਾ ਪ੍ਰਾਈਜ਼ ਇਹਦਾ? 6500 ਰੁਪਏ 6500 ਰੁਪਏ ਦੋ ਸਰ। 7 ਇਕੱਲਾ 70, ਜੇ ਆਪਾਂ 6 ਲੈਣਾ ਹੋਏ ਉਹਦਾ ਕਿੰਨੀ ਪ੍ਰਾਈਜ਼ ਹੈ? ਹਲੇ ਅਵੇਲੇਬਲ ਤੋਂ ਸ਼ੁਰੂ ਹੀ 7 ਤੋਂ ਆ, ਅਤੇ ਇੱਥੋਂ 7 ਤੋਂ ਸ਼ੁਰੂ ਆ। ਅਤੇ ਕਿੰਨਾ ਕਿਹਾ ਅੰਕਲ ਪ੍ਰਾਈਜ਼? 6500 ਰੁਪਏ ਦਾ 128 GB 100% ਬੈਟਰੀ ਹੈਲਥ। ਅਤੇ ਜਿਹਨੂੰ ਵੀ ਆਈਫੋਨ ਚਾਹੀਦਾ ਅੰਕਲ ਕੋਲ ਵਿਜ਼ਿਟ ਕਰ ਲਿਓ। ਅੰਕਲ ਹੁਣ ਆਪਾਂ 7 ਤੋਂ ਥੋੜ੍ਹਾ ਉੱਪਰ ਚੱਲ ਜਾਈਏ। ਫਿਰ ਐਕਸ ਆ ਗਏ, ਉਸ ਤੋਂ ਬਾਅਦ ਆਹ ਦੇਖੋ ਐਕਸ ਆ ਗਿਆ। ਆਹ ਦੇਖੋ ਯਾਰ ਕਲਰ ਕਿੰਨਾ ਪਿਆਰਾ। ਇਹਦੀ ਬੈਟਰੀ ਹੈਲਥ 100, ਬੈਟਰੀ ਹੈਲਥ 100 ਅਤੇ 64 GB ਦਾ ਬੈਟਰੀ ਹੈਲਥ 100, 64 GB ਅਤੇ ਕੀ ਪ੍ਰਾਈਜ਼ ਅੰਕਲ ਇਹਦਾ? 12500 12500 ਦਾ, ਠੀਕ ਹੈ। ਜਿਹੜਾ ਵਲੋਗ ਵੇਖ ਕੇ ਆ ਜਾਏਗਾ, ਠੀਕ ਹੈ, ਉਹਨੂੰ ਡਿਸਕਾਊਂਟ ਵੀ ਮਿਲ ਜਾਏਗਾ। ਜਿਹੜਾ ਆਪਣਾ ਵਲੋਗ ਵੇਖ ਕੇ ਆ ਜਾਏਗਾ ਉਹਨੂੰ ਡਿਸਕਾਊਂਟ ਵੀ ਮਿਲ ਜਾਏਗਾ। ਐਕਸ 64 GB ਦੇ ਅੰਦਰ ਆਪਾਂ ਸਟੋਰੇਜ ਅਪਗ੍ਰੇਡ ਕਰਨੀ ਹੋਏ 256। ਅਤੇ ਆਹ ਦੇਖੋ ਜੀ, ਜਿਹਨੂੰ ਜ਼ਿਆਦਾ ਸਟੋਰੇਜ ਚਾਹੀਦੀ ਆ, ਠੀਕ ਆ, ਫੋਟੋ ਫਾਟੋ ਖਿੱਚਣ ਲਈ ਹਾਈ ਕੁਆਲਿਟੀ, 256 GB 100% ਬੈਟਰੀ ਐਂਡ ਐਕਸੈਸ। ਇਹਦਾ ਕੀ ਪ੍ਰਾਈਜ਼ ਅੰਕਲ ਜੀ? ਐਕਸ ਕਿੰਨਾ? ਇਕੱਲਾ ਐਕਸ ਹੈ, ਇਕੱਲਾ ਐਕਸ 256 GB ਸਟੋਰੇਜ, 100% ਬੈਟਰੀ ਹੈਲਥ। ਅੰਕਲ ਇਹਦਾ ਕੀ ਪ੍ਰਾਈਜ਼ ਹੈ? 1500 ਦਾ ਇਹ ਹੈਗਾ ਜੀ, 1500 ਦਾ। ਅਤੇ ਅੰਕਲ ਇਸ ਤੋਂ ਹੋਰ ਉੱਪਰ ਐਕਸੈਸ ਆ ਗਈ, ਐਕਸੈਸ ਆਹ ਦੇਖ ਸਕਦੇ ਹੋ, ਐਕਸੈਸ 64 GB ਦੀ ਬੈਟਰੀ ਹੈਲਥ, 85 ਦੀ ਬੈਟਰੀ ਹੈਲਥ ਆ। ਅਤੇ ਤੁਸੀਂ ਦੇਖ ਸਕਦੇ ਹੋ ਯਾਰ, ਸਾਰਾ ਫੋਨ ਨਵਾਂ ਵਾ ਪੂਰਾ A to Z, ਅਤੇ ਕਾਫੀ ਜ਼ਿਆਦਾ ਸਹੀ ਹੈ ਅੰਕਲ। ਹੁਣ ਐਕਸੈਸ ਤੋਂ ਉੱਪਰ ਜ਼ਿਆਦਾ ਸਟੋਰੇਜ ਜ਼ਿਆਦਾ ਦਿਖਾ ਲਓ, 64 ਨਾ, 256 GB ਐਕਸੈਸ, 91 ਬੈਟਰੀ ਹੈਲਥ ਆ। ਮਤਲਬ ਅੰਕਲ ਜਦੋਂ ਵੀ ਤੁਸੀਂ ਅੰਕਲ ਜੀ ਕੋਲ ਆਓਗੇ ਨਾ, ਉਹਨਾਂ ਦੇ ਫੋਨ ਦੇ ਪਿੱਛੇ ਸਟਿੱਕਰ ਲੱਗਾ ਹੋਣਾ, 9 GB ਸਟੋਰੇਜ ਆ, ਕਿਹੜਾ ਮਾਡਲ ਦੇ, ਕਿੰਨੀ ਬੈਟਰੀ ਹੈਲਥ, ਠੀਕ ਹੈ। ਅੰਕਲ ਫੋਨ ਸਾਰੇ ਮਤਲਬ ਰੀਫਰਨਿਸ਼ ਨਹੀਂ ਨਾ ਹੁੰਦੇ, ਇਹ ਰੀਫਰਨਿਸ਼ ਨਹੀਂ ਹੁੰਦੇ, ਯੂਜ਼ ਹੁੰਦੇ ਆ ਫੋਨ। ਅਤੇ ਹੁਣ ਆਪਾਂ ਐਕਸੈਸ ਤੋਂ ਥੋੜ੍ਹਾ ਉੱਪਰ ਚੱਲ ਜਾਈਏ, 11 ਆ ਗਈ, 11 ਆਹ ਦੇਖ ਸਕਦੇ ਹੋ ਆਈਫੋਨ 11 ਵਾਈਟ ਕਲਰ ਵਿੱਚ। ਅੰਕਲ ਇਹਦਾ ਕੀ ਬੈਟਰੀ ਹੈਲਥ ਦੀ ਸਟੋਰੇਜ? ਬੈਟਰੀ ਹੈਲਥ ਜੀ ਆ ਜੀ 88 ਬੈਟਰੀ ਹੈਲਥ ਹੈ, ਅਤੇ ਸਟੋਰੇਜ ਅੰਕਲ 64 GB ਦੇ। ਕਿੰਨੇ ਦਾ ਇਹ ਮਿਲ ਜਾਣਾ ਤੁਹਾਨੂੰ? 19500 ਦੇਖ ਸਕਦੇ ਹੋ, 19500 ਦਾ ਤੁਹਾਨੂੰ ਆਈਫੋਨ 11 ਮਿਲਦਾ, 64 GB ਅਤੇ 88 ਬੈਟਰੀ ਹੈਲਥ, ਜੋ ਕਿ ਮਾਰਕੀਟ ਵਿੱਚ ਵੀ ਤੁਸੀਂ ਪਤਾ ਕਰਕੇ ਆਓ ਅਤੇ ਅੰਕਲ ਜੀ ਕੋਲ ਤੁਸੀਂ ਵਿਜ਼ਿਟ ਕਰੋ। ਕਾਫੀ ਸਹੀ ਆਈਫੋਨ ਯਾਰ, ਵੇਖੋ ਯਾਰ ਤੁਸੀਂ ਆਈਫੋਨ ਵੇਖੋ ਕਿੰਨੇ ਸਹੀ ਹੈ ਪੂਰਾ। ਜੇ ਮੇਰੇ ਕਈ ਭਰਾ ਨੂੰ ਐਂਡਰੋਇਡ ਪਸੰਦ ਹੈ, ਇੱਥੇ ਐਂਡਰੋਇਡ ਵੀ ਹੈਗੇ ਆ, 1+ ਸੈਮਸੰਗ ਦੇ ਕਾਫੀ ਜ਼ਿਆਦਾ ਪਏ ਆ ਅੰਕਲ ਜੀ ਕੋਲ ਫੋਨ। ਕਹਿੰਦਾ ਆਪਾਂ 11 ਤੋਂ ਥੋੜ੍ਹਾ ਉੱਪਰ ਚੱਲਦੀ ਹੈ, 12 ਆਹ ਦੇਖ ਸਕਦੇ ਹੋ ਯਾਰ, ਪਹਿਲਾਂ ਇਹ 12 ਦੇਖੋ, 88 ਬੈਟਰੀ ਹੈਲਥ, 128 GB ਸਟੋਰੇਜ। ਅੰਕਲ ਜੀ ਇਹਦਾ ਕੀ ਪ੍ਰਾਈਜ਼ ਸੀ? 29
29,000 ਦਾ ਗਾਇਸ ਤੁਹਾਨੂੰ ਆਹ ਮਿਲ ਜਾਏਗਾ। ਹਾਂਜੀ 5G ਮਾਡਲ ਦੇਖੋ 29,000 ਦਾ, ਅਤੇ ਇਸ ਤੋਂ ਉੱਪਰ 12 ਤੋਂ ਉੱਪਰ ਆਪਣਾ 4G ਆਹ ਦੇਖ ਸਕਦੇ ਹੋ ਯਾਰ, ਇੱਕ ਘੰਟਾ ਜੀ ਕੋਲ ਫੋਨ ਸਾਰੇ ਹੀ ਨਵੇਂ ਆ ਯਾਰ, ਤੁਸੀਂ ਦੇਖੋ ਪੂਰੀ ਸੀਲ ਸੈੱਟ ਆ ਸਾਰਾ ਫੋਨ ਵਧੀਆ ਵਾ। ਆਈਫੋਨ 14 256 GB ਸਟੋਰੇਜ, 85 ਬੈਟਰੀ ਆ ਅੱਗੇ, ਆਹ ਤੁਸੀਂ ਦੇਖ ਸਕਦੇ ਹੋ ਯਾਰ ਤੁਹਾਡਾ ਜਦੋਂ ਫੋਨ ਕਰੇ ਘੰਟੇ। ਬਾਕੀ ਅੰਕਲ ਆਪਾਂ 14 ਨੂੰ ਜੇ ਉੱਪਰ ਚਲਦੀਏ, ਇਹਦੇ 128 ਹੈ ਨਾ, ਅਤੇ ਜੇ ਜ਼ਿਆਦਾ ਸਟੋਰੇਜ ਲੈਣੀ ਹੋਏ ਕਿਸੇ ਨੇ ਉਹ ਫਿਲਹਾਲ ਅਵੇਲੇਬਲ ਨਹੀਂ ਹੈਗੀ, ਜੇ ਤੁਸੀਂ ਕਹੋਗੇ ਤਾਂ ਅੰਕਲ ਜੀ ਅਵੇਲੇਬਲ ਕਰਾ ਕੇ ਦੇਣਗੇ। ਅਤੇ ਅੰਕਲ ਆਪਾਂ ਜੇ 12 ਮਿਨੀ ਮਿਲਦਾ ਕੋਈ ਹੈ ਨਾ, 12 ਮਿਨੀ ਆਹ ਦੇਖ ਸਕਦੇ ਹੋ ਯਾਰ, ਆਹ ਦੋ ਆ, ਦੋਵੇਂ 12 ਮਿਨੀ ਆ, ਅਤੇ ਇਹਨਾਂ ਦਾ ਅੰਕਲ ਦੋਵਾਂ ਦੀ ਬੈਟਰੀ 100 ਆ ਅਤੇ 128 GB ਯਾਰ। ਦੇਖੋ ਯਾਰ ਕਿੰਨੇ ਸੋਹਣੇ ਪੀਸ ਅੰਕਲ ਜੀ, ਦੇਖ ਸਕਦੇ ਹੋ ਠੀਕ ਹੈ। ਅਤੇ ਆਪਾਂ ਅੰਕਲ ਹੁਣ ਬਾਕੀ ਹੁਣ ਇਹ 14 ਮੈਂ ਕਹਿੰਦੇ 14 ਤੋਂ ਉੱਪਰ ਥੋੜ੍ਹਾ, ਹਾਂਜੀ 12 Pro ਆਹ ਵੇਖ ਸਕਦੇ ਯਾਰ, ਆਹ 12 Pro ਤੁਹਾਨੂੰ ਮਿਲ ਜਾਏਗਾ, 88 ਬੈਟਰੀ ਆ ਅਤੇ 128 GB ਸਟੋਰੇਜ, 128 GB ਸਟੋਰੇਜ ਆ ਇੱਥੇ, ਮਤਲਬ ਕਿ ਬਗੈਰ ਸਟਿੱਕਰ ਵੀ ਲੱਗਾ ਹੁੰਦਾ ਅੰਕਲ ਜੀ ਦਾ। ਯਾਰ ਅੰਕਲ ਜੀ ਆਹ ਗੱਲ ਸਹੀ ਹੈ ਯਾਰ, ਉਹ ਜੈਨੂਅਨ ਫੋਨ ਦਿੰਦੇ ਆ ਕਿਸੇ ਨੂੰ, ਮਤਲਬ ਆਹ ਰੀਫਰਨਿਸ਼ਡ ਫੋਨ ਨਹੀਂ ਵੇਚਦੇ, ਜੈਨੂਅਨ ਸੈਕਿੰਡ ਹੈਂਡ ਯੂਜ਼ਡ ਫੋਨ ਆ, ਤੁਸੀਂ ਵੇਖ ਸਕਦੇ ਹੋ ਕਿੰਨੇ ਸਾਫ਼ ਸੁਥਰੇ ਫੋਨ ਹੈਗੇ ਆ। ਅਤੇ ਇਸ ਤੋਂ ਉੱਪਰ ਆਪਾਂ ਅੰਕਲ ਹੋਰ ਆਹ ਦੇਖ ਸਕਦੇ ਟਵੈਲਵ ਪ੍ਰੋ 256 GB ਸਟੋਰੇਜ, 89 ਬੈਟਰੀ, ਇਹਨਾਂ ਦਾ ਕੀ ਪ੍ਰਾਈਸ ਦੋਵਾਂ ਦਾ? ਪਹਿਲਾਂ 12 Pro 128 ਦਾ ਦੱਸੋ ਪ੍ਰਾਈਸ, 35,000 ਦਾ ਤੁਹਾਨੂੰ 12 Pro 256 GB, ਜੇ ਕਿ ਭਰਾ ਨੂੰ 128 GB ਕਿੰਨੇ ਦਾ? 35 ਦਾ, ਅਤੇ ਜੇ 256 GB ਚਾਹੀਦਾ ਉਹ ਕਿੰਨੇ ਦਾ ਮਿਲੇਗਾ? 37 ਦਾ, ਮਤਲਬ ਕਿ 2,000 ਦੇ ਫਰਕ ਆ, ਕੁਛ ਖਾਸ ਜ਼ਿਆਦਾ ਫਰਕ ਨਹੀਂ ਹੈਗਾ। ਅਤੇ ਹੁਣ ਆਪਾਂ 12 ਤੋਂ ਉੱਪਰ ਜਾਂਦੇ ਹਾਂ, ਜਿਹੜਾ ਅੰਕਲ ਆਪਣੇ ਕੋਲ 13 Pro ਆਹ ਵੇਖ ਸਕਦੇ ਹੋ ਯਾਰ, ਪਹਿਲਾਂ ਦੇ 13 Pro 128 GB 86 ਬੈਟਰੀ ਹੈ, ਕਾਫ਼ੀ ਜ਼ਿਆਦਾ ਸਹੀ ਆ ਫੋਨ ਅੰਕਲ ਜੀ ਦਾ, ਚੈੱਕ ਕਰੋ ਜੀ ਯਾਰ ਫੋਨ ਸਾਰੇ, ਮਤਲਬ ਓਕੇ ਰਿਪੋਰਟ ਆ, ਕੋਈ ਇੱਦਾਂ ਦਾ ਨਹੀਂ ਹੈਗਾ ਵੀ ਖਰਾਬ ਰੀਫਰਨਿਸ਼ਡ ਨਹੀਂ ਹੈਗਾ, ਸੈਕਿੰਡ ਹੈਂਡ ਆ ਚੱਲੇ ਹੋਏ ਆ ਨਾ। ਹੁਣ ਆਪਾਂ 13 Pro ਵਿੱਚ ਦੇਖੋ, ਆਹ ਗ੍ਰੀਨ ਕਲਰ ਆ, 86 ਬੈਟਰੀ ਹੈ, 256 GB ਸਟੋਰੇਜ ਹੈ। ਅਤੇ ਅੰਕਲ ਇਹਦਾ ਪਹਿਲਾਂ 128 ਦਾ ਪ੍ਰਾਈਸ ਦੱਸੋ, 49,000 ਦਾ ਨਵਾਂ ਮਿਲ ਜਾਏਗਾ, ਅਤੇ 256 GB ਮਿਲ ਜਾਏਗੀ ਤੁਹਾਨੂੰ ਕਿੰਨੇ ਦੀ? 53 ਦੀ, ਅਤੇ ਬੈਟਰੀ ਅੱਜ ਤੁਸੀਂ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ। ਹੁਣ ਆਪਾਂ 13 ਉੱਪਰ ਜੇ ਕੋਈ ਹੈਗਾ ਮਤਲਬ 13 Pro ਮੈਕਸ, ਕਿੰਨਾ ਸਾਫ਼ ਫੋਨ ਆ, ਅਤੇ ਬੈਟਰੀ ਅੱਜ ਵੀ ਇਹਦੀ 96 ਆ, 128 GB ਯਾਰ, ਹਾਲੇ ਫੋਨ ਪੂਰੇ ਯਾਰ ਓਕੇ ਆ ਵੀ ਆ ਗਏ। ਦੇਖੋ ਅੰਕਲ ਜੀ ਬਹੁਤ ਕਹਿੰਦਾ, ਜਿੱਦਾਂ ਕਹਿੰਦੇ ਬਾਈ ਕਿੱਦਾਂ ਦੇ ਡੱਬਾ ਵੀ ਨਾਲ ਮਿਲੇਗਾ ਇਹਨਾਂ, ਕਿਸੇ ਦਾ ਹੋ ਸਕਦਾ ਕਿਸੇ ਦਾ? ਅੱਛਾ, ਉਹ ਜੇ ਮਤਲਬ ਫੋਨ ਦਾ ਡੱਬਾ ਅਵੇਲੇਬਲ ਹੋਏਗਾ ਅੰਕਲ ਜੀ ਉਹ ਤੁਹਾਨੂੰ ਦੇ ਦੇਣਗੇ, ਨਹੀਂ ਤਾਂ ਫਿਰ ਮੁਸ਼ਕਿਲ ਨਹੀਂ। ਅਤੇ ਇਸ ਤੋਂ ਉੱਪਰ 13 Pro 14 Pro ਹਾਂ ਵੇਖੋ ਯਾਰ, 14 Pro 89% ਬੈਟਰੀ ਹੈਲਥ, 128 GB ਸਟੋਰੇਜ ਇਹਦੀ, ਦੇਖੋ ਯਾਰ ਕਿੰਨਾ ਪੂਰਾ ਸਾਫ਼ ਫੋਨ ਆ, ਦੇਖ ਸਕਦੇ ਪੂਰਾ ਸਾਫ਼ ਫੋਨ ਆ। ਅੰਕਲ ਇਹਦਾ ਕੀ ਪ੍ਰਾਈਸ ਆ? ਇਹਦਾ ਵੀ ਇੱਕ ਵਾਰੀ ਅੰਕਲ ਜੀ ਕੋਲ ਰੇਟ ਸੁਣਦੇ ਹਾਂ, ਕੀ ਰੇਟ ਦਾ? 60,000 ਦੇ ਵਿੱਚ ਤੁਹਾਨੂੰ ਆਈਫੋਨ 14 Pro 128 GB 84 ਬੈਟਰੀ ਹੈ, ਕਾਫ਼ੀ ਜ਼ਿਆਦਾ ਸਹੀ ਫੋਨ ਹੈ, ਤਾਂ ਦੇਖ ਸਕਦੇ ਹੋ ਤੁਸੀਂ
ਬਾਕੀ ਕਲੈਰਿਟੀ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹੈਗੀ ਆ, ਅਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਅੰਕਲ ਜੀ ਕੋਲ ਅਤੇ ਪਕਾਇਆ ਇਹਦਾ ਤੁਹਾਨੂੰ ਡੱਬਾ ਵੀ ਮਿਲ ਜਾਏਗਾ ਨਾਲ। ਅਤੇ ਅੰਕਲ ਇਹਨਾਂ ਨਾਲ ਕੋਈ ਸਕੀਮ ਵਗੈਰਾ ਹੁੰਦੀ ਹੈ ਜਿੱਦਾਂ ਏਅਰਪੋਰਟਸ ਵਗੈਰੀ ਸਕੀਮ ਫਿਰ ਰੇਟ ਵਾਚਾਂਗੇ ਉਹ ਕਿ ਨਹੀਂ ਤੁਹਾਡੇ ਬਲੌਗ ਵੇਖ ਕੇ ਆਏਗਾ ਨਾ ਜਿਹੜਾ ਉਹਨੂੰ ਰੇਟ ਗਿਆ ਹਲੇ ਜੇ ਆਪਣਾ ਬਲੌਗ ਵੇਖ ਕੇ ਆਏਗਾ ਉਹਨਾਂ ਨੂੰ ਜਿਹੜੇ ਵੀ ਰੇਟ ਦੱਸੇ ਅੰਕਲ ਨੇ ਉਹ ਵੀ ਮਿਲਣਗੇ। ਅਤੇ ਜੇ ਕਿਸੇ ਨੇ ਐਂਡਰੋਇਡ ਲੈਣਾ ਅੰਕਲ ਇਹਨਾਂ 'ਚੋਂ ਕਿਹੜਾ ਐਂਡਰੋਇਡ ਹੈਗੇ ਕਿਹੜੇ ਕਿਹੜੇ ਮਤਲਬ ਐਂਡਰੋਇਡ 5G ਮਾਡਲ ਵੀ ਹੈ S20 ਪਲੱਸ ਸੈਮਸੰਗ ਦਾ ਠੀਕ ਹੈ 12-256 5G ਫੋਨ ਤੁਹਾਨੂੰ ਦੇਣ ਡਿਆ ਸਿਰਫ 20,000 ਵਿੱਚ ਸਿਰਫ ਨਹੀਂ 17,000 ਦਾ 17,000 ਦਾ 3,000 ਹੋਰ ਲੈਸ ਹੋ ਗਈ ਹੋਰ ਅੰਕਲ ਇਹਨਾਂ 'ਚ ਐਂਡਰੋਇਡ ਵਿੱਚ ਹੋਰ ਕਿਹੜਾ ਆਪਣੇ ਕੋਲ M42 5G ਮਾਡਲ 128GB ਅਤੇ ਸਾਡੇ ਯਾਰ ਅੰਕਲ ਕੋਲ ਸਾਰੇ ਫੋਨ ਪੂਰੇ ਨਵੇਂ ਆ ਕਿਉਂਕਿ ਮੇਰੇ ਫਰੈਂਡ ਨੇ ਖੁਦ ਇੱਥੋਂ ਹੀ ਖੜਿਆ ਵਾ ਅਤੇ ਉਹਨੇ ਮੈਨੂੰ ਰਿਕਮੈਂਡ ਕੀਤੀ ਸ਼ੌਕ ਕਿ ਤੁਸੀਂ ਜਾ ਵਲੋਗ ਬਣਾ ਅਤੇ ਮੈਂ ਐਵੇਂ ਵਲੋਗ ਬਣਾਉਣਾ ਹੈ ਮੇਰੇ ਕੋਲ ਪੰਚਵੰਜਾ ਸੌ ਦਾ 64GB ਅਤੇ ਨਾਲੇ ਤੁਹਾਨੂੰ ਪਤਾ ਯਾਰ ਵਨ ਪਲੱਸ ਫੋਨ ਜਿਹੜੇ ਗੇਮ ਖੇਡਦੇ ਉਹਨਾਂ ਵਾਸਤੇ ਵਨ ਪਲੱਸ ਬੜਾ ਹੀ ਸਹੀ ਹੈਗਾ ਫੋਨ। ਬਾਕੀ ਹੋਰ ਕਿਹੜਾ ਅੰਕਲ ਆਪਣੇ ਕੋਲ ਅਵੇਲੇਬਲ? ਹਾਂਜੀ ਰੈਡਮੀ ਨੋਟ 7S 64GB ਸਟੋਰੇਜ 4800 ਦਾ ਸਿਰਫ 4800 ਦਾ ਤੁਹਾਨੂੰ ਰੈਡਮੀ ਦਾ ਮਿਲ ਜਾਏਗਾ। ਹੋਰ ਅੰਕਲ ਆਪਣੇ ਕੋਲ ਕਿਹੜਾ ਅਵੇਲੇਬਲ? ਜਿਨ੍ਹਾਂ ਨੂੰ ਗੇਮਾਂ ਦਾ ਸ਼ੌਂਕ ਹੈ ਮੇਰੇ ਭਰਾਵਾਂ ਨੂੰ ਆਹ ਵੇਖੋ ਗੇਮਿੰਗ ਫੋਨ ਆ ਇਹ ਇਹਨਾਂ ਦੇ ਗੇਮ ਖੇਡੋ ਕਈ ਫੋਨ ਹੁੰਦੇ ਨੇ ਹੀਟ ਮਾਰ ਜਾਂਦੇ ਇਹ ਹੀਟ ਨਹੀਂ ਛੇਤੀ ਮਾਰੇਗਾ ਕਿਉਂਕਿ ਇਹ ਮੈਂਟੀ ਫੋਨ ਗੇਮਿੰਗ ਵਾਸਤੇ ਆ। ਅਤੇ ਬਾਕੀ ਪਹਿਲੇ ਇਸ ਤੋਂ ਹੋਰ ਹੈਗਾ ਕੋਈ ਸਟੋਰੇਜ ਆ ਤੇ ਜੋ ਵੀ ਰੇਟ ਆਈਫੋਨ 15 ਦਾ ਉਸ ਟਾਈਮ ਆਏਗਾ ਉਹ ਤੁਹਾਨੂੰ ਅੰਕਲ ਅਵੇਲੇਬਲ ਕਰਾ ਦੇਣਗੇ। ਤੇ ਅੰਕਲ ਬਾਕੀ ਜਿਹੜੇ ਏਅਰਪੋਰਟਸ ਤੇ ਵਾਚ ਹੁੰਦੀ ਹੈ ਉਹ ਵੀ ਅਵੇਲੇਬਲ? ਵੋਚ ਖਤਮ ਹੋ ਗਈ ਅੰਕਲ ਸਭ ਕੁਛ ਅੰਕਲ ਜੀ ਕੋਲ ਮਿਲ ਜਾਂਦਾ ਵਾ।
ਦੇ ਕੇ ਇਹਨੂੰ ਫੋਨ ਦੀ ਅਸੈਸਰੀ ਚਾਹੀਦੀ ਹੁੰਦੀ ਆ, ਕੋਈ ਫੋਨ ਦੇ ਡੱਬੇ ਵੀ ਪਏ ਜਿਹੜੇ ਆ ਫੋਨ ਹੈਗੇ ਇੱਥੇ, ਵਾਈਫਾਈ ਕੈਮਰੇ ਵੀ, ਵਾਈਫਾਈ ਕੈਮਰੇ ਵੀ ਹੈਗੇ ਆ, ਸਭ ਕੁਛ ਅੰਕਲ ਜੀ ਕੋਲ ਮਿਲ ਜਾਂਦਾ ਇੱਥੇ. ਇਹਨਾਂ ਦੀ ਚੁੰਨੀ ਲਾਲ ਟੈਂਟ ਹਾਊਸ ਵਾਲੀ ਗਲੀ ਨਵਾਂ ਸਿੰਘ ਬਹੁਤ ਬਟਾਲਾ, ਅਤੇ ਆਰ ਟੀ ਮੋਬਾਈਲਸ ਨਾਮ ਹੈ ਇਹਨਾਂ ਦੀ ਸ਼ੋਪ ਦਾ, ਅਤੇ ਤੁਸੀਂ ਤੁਹਾਨੂੰ ਮੈਂ ਨੰਬਰ ਮੈਨਸ਼ਨ ਕਰ ਦਾਂਗਾ ਵਿੱਚ, ਜਿੰਨੇ ਭਰਾਵਾਂ ਨੂੰ ਫੋਨ ਆ ਘੈਂਟ ਘੈਂਟ ਆਈਫੋਨਾਂ ਦਾ, ਤੁਸੀਂ ਫੋਨ ਕੋਲ ਕਰਕੇ ਅੰਕਲ ਜੀ ਕੋਲ ਆ ਜਿਓ ਇੱਥੇ, ਅਤੇ ਜਿਹੜਾ ਆਪਣਾ ਵਲੌਗ ਲਿਖਿਆ ਹੈਗਾ ਉਹਨੂੰ ਅੰਕਲ ਜ਼ਰੂਰ ਡਿਸਕਾਊਂਟ ਦੇ ਦਾਂਗੇ, ਠੀਕ ਹੈ ਅੰਕਲ? ਬਸ ਅੰਕਲ ਹਾਲੇ ਆਹੀ ਇਹਦੇ ਸਟੋਕ ਦੀ, ਅਤੇ ਬਾਕੀ ਦੀ ਸ਼ੋਪ ਦੇਖ ਲਓ ਪੂਰੀ ਕਿੰਨਾ ਕੁਛ ਮਿਲਦਾ ਇਹਨਾਂ ਕੋਲ, ਵਾਈਫਾਈ ਦਾ ਰੂਟਰ ਵੀ ਹੈਗਾ ਇਹਨਾਂ ਕੋਲ, ਸਪੀਕਰ ਬਲੂਟੂਥ ਨੈਕ ਬੈਂਡ ਸਭ ਕੁਛ ਅਵੇਲੇਬਲ ਹੈ. ਜਿਹੜੀ ਉਹ ਅਲਟਰਾ ਵਾਚ ਹੁੰਦੀ ਉਹਦਾ ਕੀ ਪ੍ਰਾਈਜ਼ ਹੁੰਦਾ? ਆਈਫੋਨ ਐਂਡਰੋਇਡ ਕੁਛ ਵੀ ਲੈਣਾ ਤੁਸੀਂ ਅੰਕਲ ਜੀ ਕੋਲ ਪਹੁੰਚੋ, ਨੰਬਰ ਤੁਹਾਨੂੰ ਮੈਂਸ਼ਨ ਕਰ ਦਾਂਗਾ, ਤੇ ਬਾਕੀ ਇਸ ਵਲੌਗ ਨੂੰ ਕਰਦੇ ਐਵੇਂ ਨੂੰ ਵਲੌਗ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰਿਓ, ਲਾਈਕ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ, ਤੇ ਅੰਕਲ ਜੀ ਨੂੰ ਜਿੰਨੇ ਵੀ ਫੋਨ ਲੈਣਾ ਅੰਕਲ ਜੀ ਨੂੰ ਕਾਲ ਕਰੋ, ਨੰਬਰ ਮੈਂਸ਼ਨ ਹੋਏਗਾ ਤੇ ਆਪਾਂ ਹਾਲੇ ਵੈਸੇ ਕਰਦੇ ਬਾਕੀ.